प्यार भरी मिठी दिन की सत श्रीकाल सारे फगवाड़ा प्राइम टाइम टीवी के श्रोतिया जुड़ चुके हो मनु अरोड़ा के नाल फगवाड़ा प्राइम टाइम टीवी से। अज श्रोमणी अकाली दल फगवाड़ा में बगावती सुर देखे गए पार्टी के पार्टी प्रधान ने अहदेदारा ने वर्कर वालों समूहिक अस्तीफे दिए गए। पार्टी प्रधान सीनियर वर्कर अहदेदारा की सहमति तो बिना चार मैंबरी कमेटी बना के पार्टी ने वर्कर से थोपी। इसका उन्होंने काफ़ी रोष आया। उन्होंने कहा कि ये चार मैंबरी कमेटी सानू मंजूर नहीं है। उन्होंने ये भी कहा कि भाई साहब और एक जिहड़ा जूनियर वर्कर है अकाली दल का इस चार मैंबरी कमेटी शामिल है, उन्होंने हेठ सानू काम करना बिल्कुल मंजूर नहीं है। उन्होंने जिहड़ी चिट्ठी है बादल साहब नू दित्ती ते नाल हलका इंचार्ज सरवन सिंह कुलार के हवाले भी की। ਇਹਦੇ ਵਿੱਚ ਕਾਫੀ ਅਹੁਦੇਦਾਰਾਂ ਦੇ ਸਾਈਨ ਸੀਗੇ ਜਿਸ 'ਚ ਹਰਦੀਪ ਸਿੰਘ ਜੀ ਬਲਾਕ ਸਮਿਤੀ ਮੈਂਬਰ ਸਰਪੰਚ ਵੀ ਹੈ ਪ੍ਰੈਜ਼ੈਂਟ ਉਹਨਾਂ ਦੇ ਸੀਗੇ ਰਣਜੀਤ ਸਿੰਘ ਬੰਦਲ ਸਾਹਿਬ ਡਿਸਟ੍ਰਿਕਟ ਸੈਕਟਰੀ ਉਹਨਾਂ ਦੇ ਸਿਗਨੇਚਰ ਸੀਗੇ ਪਰਮਿੰਦਰ ਸਿੰਘ ਜੀ ਦੇ ਸੀਗੇ ਰਜਿੰਦਰ ਸਿੰਘ ਚੰਦੀ ਜੀ ਦੇ ਸੀਗੇ ਜਿਹੜੇ ਦਿਹਾਤੀ ਪ੍ਰਧਾਨ ਨੇ ਫਗਵਾੜਾ ਦੇ ਉਹਨਾਂ ਦੇ ਆਫਿਸ 'ਚ ਇਹ ਮੀਟਿੰਗ ਰੱਖੀ ਗਈ ਸੀਗੀ ਔਰ ਇਸ ਮੀਟਿੰਗ ਦੇ ਵਿੱਚ ਫਿਲੌਰ ਦੇ MLA ਸਾਹਿਬ ਵੀ ਆਏ ਹੋਏ ਸੀ ਖਹਿਰਾ ਸਾਹਿਬ ਉਹਨਾਂ ਨੇ ਉਹਨਾਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਫਿਰ ਅਖੀਰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਗੱਲ ਜਿਹੜੀ ਹੈ ਬਾਦਲ ਸਾਹਿਬ ਤੱਕ ਪਹੁੰਚਾਵਾਂਗੇ ਔਰ ਤੁਹਾਡਾ ਰੋਸ ਦੂਰ ਕਰਕੇ ਤੁਹਾਡੇ ਤੱਕ ਦੁਆਰਾ ਪਹੁੰਚਾਂਗੇ। ਅਸੀਂ ਤੁਹਾਨੂੰ ਦੱਸ ਦਈਏ ਕਿ ਰਜਿੰਦਰ ਸਿੰਘ ਚੰਦੀ ਤੋਂ ਇਲਾਵਾ ਉੱਥੇ ਗੁਰਦੀਪ ਸਿੰਘ ਜੀ ਵੀ ਸੀਗੇ ਸਰਕਲ ਪ੍ਰਧਾਨ ਦਿਹਾਤੀ, ਅਵਤਾਰ ਸਿੰਘ ਭੁਗਨਾਨੀ ਜੀ ਵੀ ਸੀਗੇ ਡਿਸਟ੍ਰਿਕਟ ਸੀਨੀਅਰ ਵਾਈਸ ਪ੍ਰਧਾਨ ਔਰ ਇਹਨਾਂ ਨੇ ਵੀ ਸਾਰਿਆਂ ਨੇ ਅਸਤੀਫੇ ਦਿੱਤੇ ਨੇ। ਉਹਨਾਂ ਦੇ ਸਿਗਨੇਚਰ ਹੈ ਅਸਤੀਫਾ ਦੇ ਨੀਚੇ। ਜਨਰਲ ਸੈਕਟਰੀ ਡਿਸਟ੍ਰਿਕਟ ਰਜਿੰਦਰ ਸਿੰਘ ਜੀ ਵੀ ਸੀਗੇ ਉਹਨਾਂ ਦਾ ਵੀ ਅਸਤੀਫਾ ਹੈ। ਰਣਜੀਤ ਸਿੰਘ ਜੀ ਦਿਹਾਤੀ ਪ੍ਰਧਾਨ ਯੂਥ ਅਕਾਲੀ ਦਲ ਉਹਨਾਂ ਵੱਲੋਂ ਵੀ ਅਸਤੀਫਾ ਦਿੱਤਾ ਗਿਆ। ਸੁਖਵਿੰਦਰ ਸਿੰਘ ਜੀ ਵੱਲੋਂ ਦਿੱਤਾ ਗਿਆ, ਚਮਨ ਲਾਲ ਜੀ ਵੱਲੋਂ ਦਿੱਤਾ ਗਿਆ ਪ੍ਰਧਾਨ, ਐਸੀ ਵਿੰਗ ਦਿਹਾਤੀ, ਸੁਖਦੇਵ ਸਿੰਘ ਜੀ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ, ਮੋਹਨ ਸਿੰਘ ਜੀ ਸ਼ਹਿਰੀ ਪ੍ਰਧਾਨ, ਸਤਨਾਮ ਸਿੰਘ RC ਜੀ ਵੱਲੋਂ ਵੀ ਅਸਤੀਫਾ ਦਿੱਤਾ ਗਿਆ, ਸ਼ਿੰਗਾਰਾ ਸਿੰਘ ਜੀ ਵੱਲੋਂ ਵੀ ਦਿੱਤਾ ਗਿਆ ਅਸਤੀਫਾ, ਬਲਜਿੰਦਰ ਸਿੰਘ ਠੇਕੇਦਾਰ ਸੂਬਾ ਮੀਤ ਪ੍ਰਧਾਨ SC ਵਿੰਗ ਉਹਨਾਂ ਵੱਲੋਂ ਵੀ ਅਸਤੀਫਾ ਆਇਆ ਜੀ, ਸ਼ਹਿਰੀ ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਜੀ, ਅਵਤਾਰ ਸਿੰਘ ਜੀ ਜਨਰਲ ਸੈਕਟਰੀ ਔਰ ਇਸ ਤੋਂ ਇਲਾਵਾ ਵੀ ਕਾਫੀ ਅਹੁਦੇਦਾਰਾਂ ਦੇ ਸਾਈਨ ਸੀਗੇ ਉਸ ਦੇ ਚਿੱਠੀ ਦੇ ਉੱਤੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ ਔਰ ਉਹਨਾਂ ਨੇ ਵੱਲੋਂ ਕਾਫੀ ਰੋਸ ਪ੍ਰਗਟਾਇਆ ਗਿਆ ਹੈ ਕਿ ਪਾਰਟੀ ਉਹਨਾਂ ਦੇ ਉੱਤੇ ਜਿਹੜੇ ਹੈਗੇ ਨੇ ਚਾਰ ਮੈਂਬਰ ਥੋਪ ਰਹੀ ਹੈ ਔਰ ਉਹਨਾਂ ਨੂੰ ਇਹ ਚਾਰ ਮੈਂਬਰੀ ਕਮੇਟੀ ਮਨਜ਼ੂਰ ਨਹੀਂ ਹੈ। ਉਹ ਇਸ ਦਾ ਵਿਰੋਧ ਕਰਦੇ ਨੇ, ਉਹਨਾਂ ਨੇ ਵਿਰੋਧ ਜ਼ਾਹਿਰ ਕੀਤਾ ਹੈ। ਅੱਜ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜੋ ਮੀਟਿੰਗ ਸ਼ਹਿਰੀ ਤੇ ਦਿਹਾਤੀ ਸਾਰੀ ਮੇਨ ਅਹੁਦੇਦਾਰਾਂ ਦੀ ਸੱਦੀ ਸੀਗੀ, ਉਹਦੇ ਵਿੱਚ ਜੋ ਸਾਡੀ ਹਾਈਕਮਾਂਡ ਨੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਪ੍ਰੈਸ ਨੋਟ ਕੱਲ੍ਹ ਜਾਰੀ ਕੀਤਾ ਸੀਗਾ ਉਹਦੇ ਵਿੱਚ ਚਾਰ ਮੈਂਬਰੀ ਕਮੇਟੀ ਜੋ ਕੀਤੀ ਗਈ ਸੀ ਫਗਵਾੜੇ ਲਈ, ਹਲਕਾ ਫਗਵਾੜੇ ਲਈ, ਉਹਦੇ ਵਾਸਤੇ ਜਿੰਨੇ ਵੀ ਵਰਕਰ ਜਿੰਨੇ ਵੀ ਅਹੁਦੇਦਾਰ ਸੀਗੇ ਸਾਰਿਆਂ ਨੇ ਇਤਰਾਜ਼ ਜ਼ਾਹਰ ਕੀਤਾ। ਇਸ ਕਰਕੇ ਅਸੀਂ ਰਾਤ ਹੀ ਸਾਰਿਆਂ ਨੇ ਮਨ ਬਣਾ ਲਿਆ ਸੀਗਾ ਕਿ ਅਸੀਂ 30-30 ਸਾਲ ਤੋਂ 35-35 ਸਾਲ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਾਂ। ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਰਿਹਾ, ਪਾਰਟੀ ਨੇ ਬਣਾਇਆ ਸੰਮਤੀ ਮੈਂਬਰ ਵੀ ਰਿਹਾ, ਅੱਜ ਮੈਂ ਸਰਪੰਚ ਵੀ ਹਾਂ ਪਿੰਡ ਦਾ, ਲੇਕਿਨ ਨਾਲ ਤੀਜੀ ਵਾਰੀ ਜਿਹੜਾ ਮੈਂ ਇੱਥੇ ਸਰਕਲ ਪ੍ਰਧਾਨ ਬਤੌਰ ਦਿਹਾਤੀ ਦਾ ਬਣਿਆ, ਲੇਕਿਨ ਇਤਰਾਜ਼ ਮਨ 'ਚ ਰੋਸ ਉਸ ਟਾਈਮ ਆਇਆ ਕਿ ਜਦੋਂ ਸਾਨੂੰ ਇਹ ਪਤਾ ਲੱਗਾ ਵੀ ਫਗਵਾੜੇ ਦੀ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਆ, ਹਲਕਾ ਇੰਚਾਰਜ ਨੂੰ ਬਾਈਪਾਸ ਕਰਨ ਦੇ ਲਈ ਇਹ ਜਿਹੜਾ ਕੰਮ ਕੀਤਾ ਗਿਆ। ਇਸ ਕਰਕੇ ਕਿਉਂਕਿ ਮੀਟਿੰਗਾਂ ਸਾਡੀਆਂ ਗਿਲੇ ਸ਼ਕਵੇ ਜਿਹੜੇ ਆ ਪਾਰਟੀ ਦੇ ਵਿੱਚ ਹੁੰਦੇ ਰਹਿੰਦੇ ਆ, ਅਸੀਂ ਪਹਿਲਾਂ ਵੀ ਮੀਟਿੰਗ ਮੈਂ ਸੱਦੀ ਸੀ ਇੱਥੇ ਬਾਦ ਸਾਹਿਬ ਦੇ ਕਹਿਣ ਤੇ, ਜੋ ਉਹਨਾਂ ਨੇ ਕਿਹਾ ਸੀ ਵੀ ਆਪਾਂ ਇਹਨਾਂ ਨੂੰ ਇਕੱਠੇ ਬਿਠਾ ਲਈਏ, ਉਹ ਫੈਸਲਾ ਵੀ ਹੋ ਗਿਆ ਸੀ, ਲੇਕਿਨ ਫੈਸਲਾ ਹੋਣ ਤੋਂ ਬਾਅਦ ਵੀ ਇਸ ਚੀਜ਼ ਨੂੰ ਅਣਗੌਲਿਆ ਕੀਤਾ ਗਿਆ ਔਰ ਸਾਨੂੰ ਬਿਲਕੁਲ ਇਸ ਗੱਲ ਦੇ ਭਰੋਸੇ 'ਚ ਨਹੀਂ ਲਿਆ ਗਿਆ। ਅਸੀਂ ਹਾਈਕਮਾਂਡ ਤੱਕ ਪਹਿਲਾਂ ਗੱਲ ਦੱਸ ਚੁੱਕੇ ਸੀਗੇ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਜ਼ਰੂਰ ਵਿੱਚ ਬਿਠਾ ਲਿਓ, ਇਹ 'ਤੇ ਵਿਚਾਰ ਕਰ ਲਿਓ, ਲੇਕਿਨ ਉਹਨਾਂ ਨੇ ਕਿਸ ਤਰੀਕੇ ਨਾਲ ਕੀਤਾ ਕਿਉਂ ਕੀਤਾ ਇਹ ਉਹੀ ਜਵਾਬ ਦੇ ਸਕਦੇ ਆ, ਲੇਕਿਨ ਅਸੀਂ ਜੋ ਸਾਡੇ ਅੰਦਰ ਨੇ ਸਾਡੇ ਮਨ ਨੇ ਜੋ ਸਾਨੂੰ ਆਗਿਆ ਦਿੱਤੀ ਇਜਾਜ਼ਤ ਦਿੱਤੀ ਜੋ ਵੀ ਅਸੀਂ ਘੁੱਟ ਘੁੱਟ ਕੇ ਜਿਹੜੀ ਪਾਰਟੀ ਦੇ ਵਿੱਚ ਕੰਮ ਨਹੀਂ ਕਰ ਸਕਦੇ, ਅਸੀਂ ਦਿਨ ਰਾਤ ਕੰਮ ਕਰਨ ਵਾਲੇ ਨਿਸ਼ਕਾਮ ਸੇਵਾ ਕਰਨ ਵਾਲੇ ਸਾਰੇ ਬੰਦੇ ਤਕਰੀਬਨ ਜਿੰਨੇ ਵੀ ਅਹੁਦੇਦਾਰ ਔਰ 30-35 ਸਾਲ ਤੋਂ ਕੰਮ ਕੀਤਾ ਪਾਰਟੀ ਲਈ, ਅੱਜ ਵੀ ਕੰਮ ਕਰਦੇ ਰਹਾਂਗੇ। ਅਸੀਂ ਮੈਂਬਰਸ਼ਿਪ ਤੋਂ ਅਸਤੀਫਾ ਨਹੀਂ ਦਿੱਤਾ, ਅਸੀਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਆ, ਇਸ ਕਰਕੇ ਦਿੱਤਾ ਕਿ ਜਿਹੜੀ ਚਾਰ ਮੈਂਬਰੀ ਕਮੇਟੀ ਆ ਉਹਨੂੰ ਰੱਦ ਕੀਤਾ ਜਾਵੇ, ਜਿੰਨਾ ਚਿਰ ਰੱਦ ਨਹੀਂ ਹੋਊਗੀ ਤਾਂ ਅਸੀਂ ਆਪਣੇ ਅਸਤੀਫਿਆਂ ਦੇ ਬਿਲਕੁਲ ਕਹਿੰਦੇ। ਅਸੀਂ ਤਕਰੀਬਨ ਜਿੰਨੇ ਵੀ ਮੇਨ ਅਹੁਦੇਦਾਰ ਹੈਗੇ ਅਕਾਲੀ ਦਲ ਦੇ, ਉਹ ਸ਼੍ਰੋਮਣੀ ਅਕਾਲੀ ਦਲ ਦੇ ਲੈ ਲਓ ਪ੍ਰਧਾਨ, ਚਾਹੇ ਉਹ ਆਪਣੇ ਯੂਥ ਅਕਾਲੀ ਦਲ ਦੇ ਲੈ ਲਓ, ਚਾਹੇ IT ਬੈਂਕ ਦੇ ਲੈ ਲਓ, ਚਾਹੇ ਜ਼ਿਲ੍ਹੇ ਦੇ ਅਹੁਦੇਦਾਰ ਲੈ ਲਓ, ਚਾਹੇ ਪੰਜਾਬ ਸਟੇਟ ਦੇ ਜਿਵੇਂ ਅਹੁਦੇਦਾਰ ਹੈਗੇ ਸਾਡੇ ਬਲਜਿੰਦਰ ਠੇਕੇਦਾਰ ਜੀ, ਅਵਤਾਰ ਸਿੰਘ ਜੀ ਕੁੰਗਰਨੀ, ਜਿਵੇਂ ਸਾਡੇ ਜਤਿੰਦਰਪਾਲ ਸਿੰਘ ਜੀ ਪਲਾਹੀ, ਸਾਡੇ ਸਰਕਟ ਆਗੂ ਨੇ ਜਿਹਨਾਂ ਨੇ 35 ਸਾਲ ਤੋਂ ਪੂਰੀ ਪਾਰਟੀ ਲਈ ਮਿਹਨਤ ਕੀਤੀ ਆ,
जे आपां सारियां गल्लां अंगौलियां करके ही चलदियां तां फिर पार्टी जिवें चलाउंदी उवें चल पवे, असीं अपने घर बैठांगे, वोटां अपणियां जरूर अकाली दल नूं पावांगे, लेकिन वर्क नहीं करांगे असीं अकाली दल दे लई। पहलां तुहाडा सारे मीडिया वालिआं दा धन्नवाद वी तुसीं साडा जिहड़ा दुख आ उह पब्लिक तक पहुंचाउण जां साडे लीडर तक पहुंचाउण साडा सहयोग दित्ता। दूसरी बेनती, जिवें मेरे साथी ने रजिंदर सिंह चंदी जो कि देहाती प्रधान है उन्होंने तुहानूं जानकारी दे दित्ती है, क्योंकि साढ़े हल्के दे विच बड़े लंबे समय तो पहला वाह साहब इत्थे रहे आ, असी उन्हां दे नाल चलदे यही टीम उन्हां दे थले काम करदी रही आ, पर जिस दिन तो वह गए आ फिर अटक जरूरी सी कि इत्थे हल्का इंचार्ज बनाया, वह कलार साहब ने बनाया। जिस दिन तो कलार साहब बने आ वाह साहब इत्थों चले गए आ, उस तो बाद कलार साहब की रहनमाई च इस ही पार्टी ने वाह थले भी यही काम करती सी, इस पार्टी ने ब्लाक समितियां जितियां, सरपंचियां जितियां, MLA जितया, MP की सीट दिती। अज हाई कमांड नूं साडा इत्थे दा जिहड़ा अखौती लीडर असीं कहिंदे आं, क्योंकि उन्हें हमेशा ही ब्लैकमेल ही किया, असीं दसांगे कित्थे कित्थे किया, वह जो समा आएगा उस पार्टी प्रधान दसांगे असीं। उस तो बाद असीं अपना दुख जिहड़ा आ जो इत्थे साडियां गतिविधियां चो अड़िका लाउण लगा, दो दो पार्टियां बणाउंदे रहा, असी अपना रोस अपने जो साढ़े बजुर्ग आ इन्हों को कोई बचाया, फिर चीमा साहब को भी बचाया साढ़े बुलारे आ, फिर यूथ विंग के साढ़े सीनियर बिक्रम सिंह मजीठिया को भी अपना दुख जाहिर किया, पार्टी प्रधान को भी दुख जाहिर किया, पर सानू अंगौलिया किया गया। हुण पार्टी जिहड़े सारे वर्कर आ उन्होंने दुख के अपना दुख दसण वास्ते उन्होंने पार्टी प्रधान नूं ते हलका इंचार्ज नूं देता भी साडा सुनेहा दिओ, साडा इह सुनेहा सुन के पार्टी ने सरदार बलदेव सिंह जी खहरा जो साढ़े इत्थे बजुर्ग रहा इन्हां नूं भेजिया, इन्हां ने साडा दुख सुख सुनिया, इन्हां ने सानू विश्वास दवाया भी ये एक दो दिनां च ये जिहड़ा मसला आ वह हल कर दिता जाऊगा, अगर ये मसला हल नहीं होया उस तो अगली जो रणनीति होगी वह भी असी पार्टी नूं दस के करांगे, पर असी एक गल जरूर है असी किसी होर पार्टी नहीं जाना, जम्मे अकाली मरना अकाली, साडा दादा अकाली, पड़दादा अकाली, उस तो नकड़दादा पड़दाली, साडे सारे रिश्तेदार अकाली, पर दुख इस गल दा हुंदा जिहड़े बंदे दी एक दी खातर पार्टी च दफेड़ पाया, उहदे दो भरा कांग्रेसी, उहदे दो भरा BJP च, उह आप उह अकाली दल च, मैं तां हैरान हां वी इक बंदे दी खातर सारा अकाली दल नूं तहस नहस करता गया, इस नूं इस गल दी सारा हल्का इंचार्ज जिहड़े उहनां नूं बेनती कर दित्ती आ, इह साडा दुख सुण के हुण पार्टी प्रधान को दसणगे उह जो भी उत्थों दिशा निर्देश होगा, सानूं इहनां ने पूरा विश्वास दवाया भी थानू मंदा बढ़ता मान सरकार दिता गया। प्रधान जी का टल बचाई और प्रधान जी ने अमीर सिंह जी खहरा जो साजर्व रहा उन्होंने भेजा, उन्होंने सारिया गलत नतीजे खुल गए, क्योंकि ऐसी इतने बच्चे थी मैं उन्होंने ना लेके आया भी सारी गल हाई कमान जी भेजा, तो थोड़े दिनों में उन्होंने टाइम लैके वो सारी गल प्रधान जी को दसी जाऊगी और उम्मीद है कि बहुत जल्दी हल हो जाएगा। बाकी एक बेनती जरूर हैगा भाई अकाली दल ना कमजोर होया ना होना, ये थोड़ा पता प्रैक्टिकल जो कोई हल्के जिते उदों भी फगवाड़ा जिते से उदों कई प्रेस वाले भरा भी मेरे सारे कहते भी तीजे नंबर से आना, उदों भी महाराज ने कृपा की और अकाली दल ने मेहनत की पहले नंबर से आए, फिर पार्लीमेंट के साड़ी टिकट भी लास्ट मूवमेंट से अनाउंस हुई थी उदों भी कहते भी वह जरा राजकुमार है उन्होंने तो भी बड़े पैसे भी खर्चे और उन्होंने राजभाग भी आ और साड़ी टिकट भी, पर उस बावजूद भी अभी 52 से जीते थी टाइम लाके सारे बंदे बैठ के सारी गल हल होगा, उम्मीद है बहुत जल्दी हल होगा और श्रोमणी अकाली दल डट के BSP का जो कैंडिडेट होगा वह बड़े मार्जिन से जितावे ਇੰਨੇ ਵਧੀਆ ਵਰਕਰ ਹੋਣ ਦੇ ਬਾਵਜੂਦ
पार्टी साढ़े हल्का इंचार्ज जथेदार सरपंच सिंह कुमार जी नूं असीं कल रात ही जिन्ने भी अहुदेदार साढ़े श्रोमणी अकाली दल दे यूथ अकाली दल दे असीं रिजाइन अपने दे दित्ते आ, लेकिन उहदा कारण इह सीगा वी जिहड़ी साढ़े श्रोमणी अकाली दल ने प्रधान साहब उहनां ने जो प्रोलान कीता सी चार मैंबरी कमेटी का, वह जिहड़ी आ चार मैंबरी कमेटी सानूं प्रवान नहीं हैगी। हल्का इंचार्ज जिहड़ा ਉਹ ਕੰਮ ਕਰੇ, ਉਹਦੇ ਥੱਲੇ ਅਸੀਂ ਕੰਮ ਕਰਨ ਨੂੰ ਤਿਆਰ ਹਾਂ। ਲੇਕਿਨ ਪਾਰਟੀ ਨੇ ਜਿਹੜਾ ਇਹ ਫੈਸਲਾ ਲਿਆ ਚਾਰ ਮੈਂਬਰੀ ਦਾ, ਉਹਦੇ ਨਾਲ ਸਾਡੇ ਵਰਕਰ ਅਤੇ ਸਾਡੇ ਜਿੰਨੇ ਵੀ ਅਹੁਦੇਦਾਰ ਨੇ ਉਹ ਨਾਰਾਜ਼ ਨੇ। ਇਸ ਕਰਕੇ ਅਸੀਂ ਆਪਣਾ ਜਿਹੜੀ ਨਾਰਾਜ਼ਗੀ ਕੀਤੀ ਆ, ਔਰ ਅਸੀਂ ਆਸ ਕਰਦੇ ਹਾਂ ਕਿ ਪਾਰਟੀ ਇਸ ਨੂੰ ਬਿਲਕੁਲ ਧਿਆਨ 'ਚ ਰੱਖ ਕੇ ਇਹ ਜਿਹੜਾ ਵੀ ਫੈਸਲਾ, ਅਸੀਂ ਆਪਣੀ ਮੰਗ ਰੱਖੀ ਆ ਕਿ ਇਹ ਚਾਰ ਮੈਂਬਰੀ ਜਿਹੜੀ ਬਣਾਈ ਆ ਇਹਨੂੰ ਬਿਲਕੁਲ ਰੱਦ ਕਰਨਾ ਚਾਹੀਦਾ। ਜਿਵੇਂ ਪਹਿਲਾਂ ਹਲਕਾ ਇੰਚਾਰਜ ਦੇ ਥੱਲੇ ਅਸੀਂ ਕੰਮ ਕਰਦੇ ਹਾਂ, ਉਵੇਂ ਅਸੀਂ ਕੰਮ ਸਾਰੇ ਅਹੁਦੇਦਾਰ ਤੇ ਵਰਕਰ ਕਿਵੇਂ ਨਹੀਂ ਕਰਦੇ। ਅਹੁਦੇਦਾਰਾਂ ਦੀ ਗਿਣਤੀ ਕਿੰਨੀ ਹੈ ਜਿਹੜੇ ਅਹੁਦੇਦਾਰ ਇਸ ਫੈਸਲੇ ਤੋਂ ਖੁਸ਼ ਨਹੀਂ ਹੈਗੇ? ਅਹੁਦੇਦਾਰ ਜਿੰਨੇ ਵੀ ਸਾਡੇ ਤਕਰੀਬਨ ਬੈਂਕ ਦੇ ਜਿਹੜੇ ਹੈਗੇ ਪ੍ਰਧਾਨ, ਉਹ ਵੀ ਐਸੀ ਬੈਂਕ ਦੇ ਜਿੰਨੇ ਵੀ ਹੈਗੇ ਸਾਡੇ ਅਹੁਦੇਦਾਰ ਤਕਰੀਬਨ ਮੇਅਰ ਸਾਰੇ ਹੀ, ਮਤਲਬ ਇਸ ਗੱਲ ਦਾ ਅਸੀਂ ਜਿਹੜਾ ਆਪਣਾ ਰੋਸ ਖਹਿਰਾ ਸਾਹਿਬ ਕੋਲ ਕੀਤਾ ਹੋਇਆ ਸੀ ਤੇ ਉਹ ਅਸੀਂ ਜੇ ਕਹਿੰਦੇ ਆ ਪ੍ਰਧਾਨ ਸਾਹਿਬ ਨਾਲ ਮੀਟਿੰਗ ਸਾਡੀ ਕਰਾਉਣਗੇ, ਅਸੀਂ ਉਹਨਾਂ ਕੋਲ ਬਿਲਕੁਲ ਕਰਾਂਗੇ। ਕਿਉਂਕਿ ਸਾਡਾ ਰਾਈਟ ਆ ਕਿ ਜਿਹੜੀ ਚੀਜ਼ ਗਲਤ ਹੋਈ ਆ ਸਾਡੇ ਹਲਕੇ ਦੇ ਵਿੱਚ ਉਹਨੂੰ ਅਸੀਂ ਵਰਕਰ ਜਿਹੜੇ ਆ ਨਹੀਂ ਪਸੰਦ ਕਰਦੇ। ਅਸੀਂ ਟਕਸਾਲੀ ਅਕਾਲੀ ਆ, ਅਕਾਲੀ ਹੀ ਰਵਾਂਗੇ, ਲੇਕਿਨ ਅਸੀਂ ਆਪਣੇ ਅਹੁਦਿਆਂ ਤੋਂ ਬਿਲਕੁਲ ਰਿਜ਼ਾਇਨ ਕੀਤਾ। ਗਲਤ ਕੀ ਲੱਗਾ ਤੁਹਾਨੂੰ, ਗਲਤ ਕੀ ਹੋਇਆ? ਜਿਹੜਾ ਚਾਰ ਮੈਂਬਰੀ ਕਮੇਟੀ ਬਣਾਈ ਆ ਉਹ ਬਿਲਕੁਲ ਗਲਤ ਬਣਾਈ ਆ। ਬਿਲਕੁਲ, ਅਸੀਂ ਆਪਣੇ ਘਰ ਬੈਠਾਂਗੇ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵੋਟਰ ਜ਼ਰੂਰ ਰਵਾਂਗੇ, ਲੇਕਿਨ ਅਹੁਦੇ ਤੇ ਰਹਿ ਕੇ ਕੰਮ ਨਹੀਂ ਕਰਾਂਗੇ। ਨਹੀਂ, ਬਿਲਕੁਲ ਨਹੀਂ ਜਾਵਾਂਗੇ, ਅਕਾਲੀ ਦਲ ਦੇ ਵਰਕਰ ਹੀ ਰਹਾਂਗੇ। ਅਕਾਲੀ ਦਲ ਚ ਅਸੀਂ ਜੰਮੇ ਹਾਂ ਤਾਂ ਅਕਾਲੀ ਦਲ ਚ ਜਾਣਾ, ਅਕਾਲੀ ਦਲ ਤੋਂ ਸਿਵਾਏ ਸਾਡੇ ਕੋਲ ਕੁਛ ਨਹੀਂ ਹੈਗਾ। ਲੇਕਿਨ ਜਿਹੜਾ ਫੈਸਲਾ ਸਾਨੂੰ ਨਹੀਂ ਚੰਗਾ ਲੱਗਾ, ਸਾਡੇ ਹਲਕੇ ਲਈ ਨਹੀਂ ਚੰਗਾ, ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਇਸ ਫੈਸਲੇ ਨੂੰ ਜਿਹੜੀ ਚਾਰ ਮੈਂਬਰੀ ਕਮੇਟੀ ਬਣਾਈ ਉਹਨੂੰ। ਚੰਦੀ ਜੀ, ਜਿਹੜਾ ਫਿਰ ਅਖੋਤੀ ਆਗੂ ਸ਼ਬਦ ਵੀ ਉਹਦੇ ਵਿੱਚ ਵਰਤਿਆ ਗਿਆ ਵਾ ਵੀ ਬਾਦ ਸਾਹਿਬ ਬਾਰੇ, ਉਹਦਾ ਵੀ ਥੋੜਾ ਜਿਹਾ ਸਪਸ਼ਟੀਕਰਨ ਦੇ। ਇਹ ਉਹਦੇ ਵਿੱਚ ਇਹ ਹੈਗਾ ਵੀ ਜੇ ਸੰਸਾਨ ਨੇ ਇਸ ਸਾਡੇ ਹਲਕੇ ਦੀ ਨੁਮਾਇੰਦਗੀ ਕੀਤੀ ਹੋਵੇ, ਉਸ ਇਨਸਾਨ ਨੇ ਹੀ ਇਸ ਸਾਡੇ ਜਿਹੜਾ ਹਲਕੇ ਦੇ ਵਿੱਚ ਗੁੱਟਬੰਦੀ ਕਰਨ ਦਾ, ਤੜੇਬੰਦੀ ਬਣਾਉਣ ਦਾ ਜਿਹੜਾ ਕੰਮ ਕੀਤਾ, ਇਸ ਕਰਕੇ ਉਹ ਸ਼ਬਦ ਵਰਤਣਾ ਵੈਸੇ ਸੁਭਾਵਿਕ ਹੈਗਾ ਕਿ ਗੁੱਸੇ ਦੇ ਵਿੱਚ ਤਾਂ ਸਾਰਾ ਕੁਛ ਹੀ ਹੁੰਦਾ, ਜਾਇਜ਼ ਹੀ ਹੁੰਦਾ। ਜ਼ਿੰਮੇਵਾਰ ਹੋਊਗਾ ਇਹ ਤੜੇਬੰਦੀ? ਹਾਂਜੀ, ਜ਼ਿੰਮੇਵਾਰ ਹੋ ਗਿਆ, ਬਿਲਕੁਲ ਜ਼ਿੰਮੇਵਾਰ, 100% ਭੇਜੀ ਗਈ ਆ ਵੀ ਚਾਰ ਮੈਂਬਰੀ ਕਮੇਟੀ ਸਾਨੂੰ ਮਨਜ਼ੂਰ ਨਹੀਂ ਹੈਗੀ। ਅਸੀਂ ਜੂਨੀਅਰ ਔਰ ਬਾਦ ਸਾਹਿਬ ਬਾਰੇ ਵੀ ਕੁਛ ਲਿਖਿਆ ਉਹਦੇ ਵਿੱਚ ਵੀ ਖੋਤੀ ਆਗੂ ਨੇ, ਥੋੜਾ ਉਹ ਤੇ ਸਪਸ਼ਟੀਕਰਨ ਦਿਓ। ਦੇਖੋ, ਅਸੀਂ ਤਾਂ ਇਹ ਆ ਵੀ ਇਲੈਕਸ਼ਨ ਹੈ ਜਿਹੜੀ 6 ਮਹੀਨੇ ਰਹਿੰਦੇ ਆ, ਉਹਦੇ ਲਈ ਜਿਹੜਾ ਹੈਗਾ ਪਾਰਟੀ ਨੇ ਜਿਹੜਾ ਹਰ ਹਲਕੇ ਦੇ ਵਿੱਚ ਜਿਹੜਾ ਸਮਝੌਤੇ ਤੋਂ ਬਾਅਦ ਜਿਹੜੀ ਰਣਨੀਤੀ ਬਣਾਉਣੀ ਹੈ ਜੋ ਚੱਲਦਾ, ਅੱਜ ਵੀ ਜਿਹੜੀ ਇੱਥੇ ਅਸੀਂ ਮੀਟਿੰਗ ਕੀਤੀ ਹੈ, ਮੈਂ ਤਾਂ ਪਹਿਲਾਂ ਵੀ ਮੀਟਿੰਗਾਂ ਕਰਕੇ ਜਾਂਦਾ ਰਿਹਾ, ਠੀਕ ਹੈ ਨਾ, ਉਹਦੇ ਵਿੱਚ ਜਿਹੜਾ ਪਾਰਟੀ ਦੇ ਜਿੰਨੇ ਵੀ ਆਗੂ ਸਾਹਿਬਾਨ ਬੈਠੇ ਆ ਉਹਨਾਂ ਸਾਰਿਆਂ ਨੇ ਜਿਹੜਾ ਹੈਗਾ ਕਾਫੀ ਵਿਚਾਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ, ਅਤੇ ਉਹਦੇ ਲਈ ਜਿਹੜਾ ਬਹੁਤ ਸਾਰੇ ਆਗੂਆਂ ਨੇ ਜਿਹੜੀ ਜੋ ਵੀ ਫਗਵਾੜੇ ਦੀ ਸਿਚੁਏਸ਼ਨ ਹੈ ਜਾਂ ਗਾਹਾਂ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਵੀ ਕੀਤੀ ਹੈ ਜਾਂ ਜਿਹੜੀ ਕਮੇਟੀ ਬਣਾਈ ਹੈ ਉਹਦੇ ਸੰਬੰਧ ਵਿੱਚ ਵੀ ਕੀਤੀ ਆ, ਇਹ ਇੱਕ ਪਰਿਵਾਰ ਦੇ ਤਰ੍ਹਾਂ ਜਿਹੜਾ ਹੈਗਾ ਇੱਥੇ ਬੈਠ ਕੇ ਸਾਰਿਆਂ ਨੇ ਅਸੀਂ ਡਿਸਕਸ ਕੀਤਾ, ਉਹ ਜਿਹੜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਸਮੱਸਿਆ ਕਿਸੇ ਨੂੰ ਵੀ ਆਉਂਦੀ ਹੈ ਉਹਦਾ ਆਨ ਟਾਈਮ ਹੱਲ ਹੋ ਜਾਊਗਾ ਜੀ। ਕਹਿੰਦਾ ਸਰ, ਪਿਛਲੀ ਮੀਟਿੰਗ ਦੇ ਵਿੱਚ ਵੀ ਇਹੀ ਮੁੱਦਾ ਚੱਕਿਆ ਗਿਆ ਸੀਗਾ ਵੀ ਫਗਵਾੜਾ ਅਕਾਲੀ ਦਲ ਦੇ ਵਿੱਚ ਗੁੱਟਬੰਦੀ ਧੜੇਬੰਦੀ ਸਾਫ਼ ਨਜ਼ਰ ਆ ਰਹੀ ਆ, ਦੋਨੋਂ ਧਿਰਾਂ ਮੀਟਿੰਗਾਂ ਕਰਦੀਆਂ ਨੇ ਤੇ ਇੱਕ ਦੂਜੇ ਜਿਹੜੇ ਹੈਗੇ ਨੇ ਲੀਡਰ ਇੱਕ ਦੂਜੇ ਦੀ ਮੀਟਿੰਗ 'ਚ ਨਹੀਂ ਪਹੁੰਚਦੇ, ਤੇ ਤੁਸੀਂ ਕਿਹਾ ਸੀਗਾ ਵੀ ਇਹ ਫੈਵੀਕੋਲ ਦਾ ਕੰਮ ਕਰੇਗੀ ਬਸਪਾ, ਪਰ ਉਹ ਕਿਤੇ ਨਜ਼ਰ ਨਹੀਂ ਆਇਆ। ਉਹਦਾ ਨਤੀਜਾ ਦੇਖੋ ਵੀ ਇੱਕ ਰਿਟਰਨ ਦੇ ਵਿੱਚ ਸੁਖਬੀਰ ਬਾਦਲ ਸਾਹਿਬ ਨੂੰ ਲੈਟਰ ਜਾਂਦੀ ਹੈ, ਉਹਦੇ ਵਿੱਚ ਬਾਦ ਸਾਹਿਬ ਨੂੰ ਕਿਹਾ ਜਾਂਦਾ ਖੋਤੀ ਆਗੂ ਨੇ ਇਹ
ਇਹਨਾਂ ਨੇ ਨਵਾਂ ਸ਼ਹਿਰੋਂ ਬੜੀ ਬੁਰੀ ਤਰ੍ਹਾਂ ਹਰੇਲੀ, ਮਤਲਬ ਕਾਫੀ ਉਹਨਾਂ ਦੇ ਵਿੱਚ ਗੱਲਾਂ ਨੇ। ਖੋਤੀ ਆਗੂ ਕਿਵੇਂ ਬਣਦੇ ਨੇ ਵੈਸੇ ਸਵਾਲ ਤਾਂ ਮੇਰਾ ਜਾਂ ਕਲਾਬ ਸਾਹਿਬ ਨਾਲ ਬਣਦਾ, ਜਵਾਬ ਤੁਸੀਂ ਦੇ ਦਿਓ। ਦੇਖੋ ਮੈਨੂੰ ਤਾਂ ਲੈਟਰ ਦਾ ਪਤਾ ਨਹੀਂ ਹੈ ਜੀ, ਠੀਕ ਹੈ ਨਾ ਜੀ, ਉਹਦੇ ਬਾਰੇ ਜਿਹੜੀ ਚੀਜ਼ ਦਾ ਮੈਨੂੰ ਪਤਾ ਹੀ ਨਹੀਂ ਉਹਦੇ ਬਾਰੇ ਤੁਹਾਨੂੰ ਕੀ ਕਹਿ ਸਕਦਾ। ਪਰ ਮੈਂ ਤਾਂ ਇਹ ਗੱਲ ਕਹਿੰਦਾ ਵੀ ਜਿਹੜਾ ਕਾਂਗਰਸ ਦੇ 4.5 ਸਾਲ ਦਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹਨੇ ਪੰਜਾਬ ਦਾ ਤਹਿਸ਼ ਨਹਿਸ਼ ਕਰਕੇ ਰੱਖ ਦਿੱਤਾ, ਉਹਨੂੰ ਜਿਹੜੇ ਆ ਆਪਣੇ। ਪਰ ਜਦੋਂ ਇਲੈਕਸ਼ਨ ਹੋਣੀ ਆ ਤੇ ਉਹ ਕਾਂਗਰਸ ਦੀਆਂ ਜੜ੍ਹਾਂ ਹਿਲਾਉਣ ਦੇ ਲਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਜਿਹੜੇ ਦਿਨ ਰਾਤ ਇੱਕ ਕਰਨਗੇ, ਤੇ ਜਿਹੜੀ ਫਗਵਾੜੇ ਦੀ ਸੀਟ ਬਹੁਤ ਵੱਡੀ ਗਿਣਤੀ ਜਿਹੜੀ ਲੀਡ ਦੇ ਨਾਲ ਉਹ ਜਿੱਤਣਗੇ। ਮੈਂ ਤੁਹਾਨੂੰ ਇਹ ਕਹਿ ਸਕਦਾ ਅਸਤੀਫੇ ਦੇਣਗੇ ਅਕਾਲੀ ਵਰਕਰ। ਬੜਾ ਤੁਹਾਡਾ ਧੰਨਵਾਦ ਜੀ ਮੀਡੀਆ ਵਾਲਿਆਂ ਦਾ, ਤੁਸੀਂ ਆਏ ਹੋ, ਪਰ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਜਿਹੜੀ 4.5 ਸਾਲ ਤੋਂ ਝੂਠ ਦੇ ਜਿਹੜੀ ਨੀਂਹ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਜਿਹਦੇ ਵਿੱਚ ਜਿੰਨੇ ਉਹਨਾਂ ਨੇ ਵਾਅਦੇ ਕੀਤੇ ਆ ਉਹ ਜਿਹੜੇ ਨਹੀਂ ਪੂਰੇ ਹੋਏ, ਜਾਂ ਜਿਹੜਾ ਇੱਕ ਪ੍ਰਸ਼ਾਂਤ ਕਿਸ਼ੋਰ ਦੀ ਸਟ੍ਰੈਟਜੀ ਦੇ ਤਹਿਤ ਫਿਰ ਮੁੱਖ ਮੰਤਰੀ ਨੂੰ ਜਿਹੜਾ ਹੈਗਾ ਉਹਨੂੰ ਕਾਮਯਾਬ ਦੱਸਣ ਦੇ ਲਈ ਨਵਜੋਤ ਸਿੱਧੂ ਨੂੰ ਅੱਗੇ ਲੈ ਕੇ ਆਉਂਦਾ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਜਿਹੜਾ ਮੈਸੇਜ ਦੇਣਾ ਚਾਹੁੰਦਾ ਵੀ ਇਹਨਾਂ ਤੋਂ ਬਚੋ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਗੱਠਜੋੜ ਉਹ ਵੋਟਾਂ ਪਾ ਕੇ ਕਾਮਯਾਬ ਫਗਵਾੜਾ ਤੋਂ ਇਕੱਠ ਆਪਣਾ ਨਜ਼ਰ ਦਿਖਾਣਗੇ ਤਾਂ ਕਿੱਡੀਆਂ ਜਾ ਰਹੀਆਂ ਉੱਥੇ, ਕਿੱਡੀਆਂ ਮੀਡੀਆ ਕੋਲ ਪਹੁੰਚ ਚੁੱਕੀਆਂ। ਇਕੱਠ ਵੀ ਹੋਊਗਾ 29 ਤਰੀਕ ਦੀ, ਬਹੁਜਨ ਸਮਾਜ ਪਾਰਟੀ ਨੇ ਰੈਲੀ ਰੱਖੀ ਹੈ, ਉਹਦੇ ਵਿੱਚ ਇਕੱਠ ਵੀ ਤੁਸੀਂ ਦੇਖੋਗੇ, ਅਤੇ ਜਿਹੜੀ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਹੈ ਇਹ ਵੀ ਜਿਹੜੀ ਤਗੜੀ ਹੋ ਕੇ ਜਿਹੜੀ ਇਹ ਜਿਹੜੀ ਵਿਧਾਨ ਸਭਾ ਹਲਕਾ ਫਗਵਾੜਾ ਦੀ ਸੀਟ ਹੈ ਉਹਨੂੰ ਜਿੱਤੂਗੀ। ਕੋਈ ਗੁੱਟਬਾਜ਼ੀ ਬਾਜੀ ਨਹੀਂ ਹੈ, ਮਾੜੇ ਮੋਟੇ ਮਤਭੇਦ ਜਿਹੜੇ ਉਹ ਪਰਿਵਾਰਾਂ 'ਚ ਵੀ ਹੁੰਦੇ ਆ, ਦੋ ਭਰਾਵਾਂ ਦੇ ਵਿੱਚ ਵੀ ਹੁੰਦੇ ਆ, ਚੰਗੇ ਮਾੜੇ ਦਿਨ ਵੀ ਆਉਂਦੇ ਨੇ। ਅਕਾਲੀ ਆਗੂ ਛੱਡਣ ਲੱਗੇ ਸੀ ਪਾਰਟੀ ਨੂੰ, ਕੋਈ ਨੀ ਛੱਡਣ ਲੱਗਾ ਸੀ, ਨਾਰਾਜ਼ਗੀ ਕੀ ਸੀ ਉਹਨਾਂ ਦੀ, ਕੋਈ ਨੀ ਛੱਡਣ ਲੱਗਾ ਸੀ, ਮੀਟਿੰਗ ਦਾ ਏਜੰਡਾ ਵੀ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਉਹਦੇ ਵਿੱਚ ਕਾਂਗਰਸ ਦਾ ਸਫਾਇਆ ਕਿੱਦਾਂ ਕਰਨਾ ਪੰਜਾਬ ਦੇ, ਮੀਟਿੰਗ ਦਾ ਏਜੰਡਾ ਉਹ ਸੀ। ਤੇ ਉਦੋਂ ਬਾਅਦ ਕੁਛ ਜਿਹੜੇ ਸਾਡੇ ਆਗੂ ਸਾਹਿਬਾਨ ਨੇ ਉਹਨਾਂ ਦੀਆਂ ਜਿਹੜੀਆਂ ਕੁਛ ਗੱਲਾਂ ਸੀਗੀਆਂ ਉਹ ਜਿਹੜੀਆਂ ਹੈਗੀਆਂ ਉਹ ਸਾਰੀਆਂ ਸੁਣੀਆਂ, ਉਹ ਡਿਸਕਸ ਕੀਤੀਆਂ, ਅਤੇ ਬਾਕੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਹੈ ਪਾਰਟੀ ਬਿਲਕੁਲ ਇੱਕ ਮੁੱਠ ਹੈ ਅਤੇ ਤਕੜੇ ਹੋ ਗਏ ਜਿਹੜਾ ਫਗਵਾੜੇ ਦੇ ਲਈ, ਜਿੱਥੇ ਫਗਵਾੜਾ ਉੱਥੇ ਆਲੇ ਦੁਆਲੇ ਦੇ ਹਲਕਿਆਂ ਦੇ ਵਿੱਚ ਵੀ ਜਿਹੜਾ ਸਾਰੇ ਤਕੜੇ ਹੋ। ਤੁਹਾਨੂੰ ਲੱਗਦਾ ਆਹ ਮੀਟਿੰਗ ਤੋਂ ਬਾਅਦ ਜਿਹੜਾ ਅਕਾਲੀ ਦਲ 'ਚ ਗੁੱਟਬਾਜ਼ੀ ਖਤਮ ਹੋਊਗੀ? ਗੁੱਟਬਾਜ਼ੀ ਹੈ ਹੀ ਨਹੀਂ ਹੈ ਜੀ, ਆਮ ਦੇਖਣ ਨੂੰ ਮਿਲ ਰਿਹਾ ਜੀ। ਉਹ ਲੈਟਰ ਲੈਟਰ ਮੈਂ ਕਰਦਾ ਸੀ ਉਹਦਾ ਇੱਕ ਮਿੰਟ, ਲੈਟਰ ਦੇ ਵਿੱਚ ਸਾਫ਼ ਸਾਫ਼ ਲਿਖਿਆ ਗਿਆ ਜੀ ਵੀ ਅਸੀਂ ਕਿਸੇ ਜੂਨੀਅਰ ਬੰਦੇ ਥੱਲੇ ਕੰਮ ਕਰਨਾ ਨਹੀਂ ਚਾਹੁੰਦੇ। ਮੇਰੇ ਹਿਸਾਬ ਨਾਲ ਜੇਕਰ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਪੁੱਛਣ ਦੀ ਬਜਾਏ ਇੱਥੇ ਦਾ ਜਿਹੜਾ MLA ਧਾਲੀਵਾਲ ਉਹਨੂੰ ਪੁੱਛੋ ਵੀ ਦਲਿਤ ਬੱਚਿਆਂ ਦਾ ਜਿਹੜਾ ਬਈ ਤੂੰ ਜਿਹੜਾ ਬਿਜਲੀ ਮਹਿਕਮਾ ਛੱਡਿਆ ਏਡੇ ਏਡੇ ਕੱਟ ਕਿਉਂ ਲੱਗੇ, ਤਾਂ ਮੇਰੇ ਹਿਸਾਬ ਨਾਲ ਪੰਜਾਬ ਦਾ ਭਲਾ ਹੋ ਸਕਦਾ? ਜਿਹੜਾ ਅੱਜ ਦਾ ਮੈਂ ਤਾਂ ਅੱਗੇ ਵੀ ਮੀਟਿੰਗਾਂ ਕਰਕੇ ਜਾਂਦਾ, ਬਹੁਤ ਸਾਰੇ ਮੈਂਬਰ ਜਿਹੜੇ ਹਾਜ਼ਰ ਹੋ ਜਾਂਦੇ ਆ, ਇਹ ਤਾਂ ਮੀਟਿੰਗ ਦੇ ਵਿੱਚ ਜਿਹੜੇ ਹੈਗੇ ਕੁਛ ਜਿਹੜੇ ਇਹਤੋਂ ਬਾਅਦ ਇੱਥੇ ਹਲਕੇ ਦੇ ਵਿੱਚ ਜਿਹੜਾ ਹੈਗਾ ਬਹੁਤ ਪਿੰਡ ਨੇ ਉਹਨੇ ਬਹੁਤ ਸਾਰੇ ਸਾਥੀ ਨਹੀਂ ਆਏ।